सत श्री अकाल दोस्तों, मैं कुलविंदर सिंह हाजिर हाँ लैके अज के कुछ होर खास अपडेट्स। अज के अपडेट्स की लड़ी की शुरुआत करते हैं सिद्धू मूसेवाले नाल तक्का गाने तो चर्चा के आई अफसाना खान की एक इंटरव्यू बारे, जिस दे विच उन्होंने जिते सिद्धू मूसेवाले दे नाल आ रहे अपने नवे धमाकेदार गीत बारे गलबात की। उत्थे उन्होंने ये भी दस्सिया कि सिद्धू मूसेवाला किवें दा इंसान है अते जदों उन्हां दी पहली बार मीटिंग हुई तो सिद्धू मूसेवाला उन्हां दे नाल किवें दे बर्ताव दे विच पेश आया। सो दोस्तों, आओ तुहानूं लै चलदे हां एक अफसाना खान की इस इंटरव्यू की छोटी जिही झलक वल। इस तों बाद आपां अज दे अपडेट्स वल अगे वधदे हां। बाकी तुसीं कमेंटां च जरूर दस्सिओ कि ਤੁਹਾਨੂੰ ਧੱਕਾ ਗਾਣਾ ਕਿਵੇਂ ਲੱਗਿਆ। ਕੀ ਸਿੱਧੂ ਮੂਸੇਵਾਲਾ ਬਾਈ ਨੇ ਕਦੀ ਆਇਆ ਤੇਰੀ ਜ਼ਿੰਦਗੀ ਦੇ ਵਿੱਚ ਟਿਕਟੌਕ ਨਹੀਂ ਬਣਾਈ? ਤੁਸੀਂ ਉਹਨਾਂ ਨਾਲ ਟਿਕਟੌਕ ਬਣਾਈ, ਉਹਦਾ ਰਿਸਪੌਂਸ ਵੀ ਬਹੁਤ ਆਇਆ। ਸੋ ਟਿਕਟੌਕ ਬਣਾਉਣ ਵੇਲੇ ਸਿੱਧੂ ਬਾਈ ਦਾ ਮੂਡ ਕਿੱਦਾਂ ਦਾ ਸੀਗਾ? ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ, ਸ਼ਰਮਾ ਰਹੇ ਸੀਗੇ। ਸੋ ਅਸੀਂ ਗਏ ਹੋਏ ਸੀ ਘਰ ਤੇ ਮੈਂ ਟਿਕਟੌਕ ਬਣਾਈ ਤੇ ਬਈਆ ਸ਼ਰਮਾ ਰਹੇ ਸੀ। ਸ਼ਰਿਆ ਮੈਨੂੰ ਇੰਨਾ ਸੋਸ਼ਲ ਡਿਸਟੈਂਸ ਪਹਿਲਾਂ ਹੀ ਬਣਾ ਕੇ ਰੱਖਿਆ ਸੀ ਲੋਕਡਾਊਨ ਤੋਂ ਉਹਨਾਂ ਨੇ, ਤੇ ਲਾਈਕ ਇੱਥੇ ਖੜੇ ਹੋਏ ਸੀ ਤੇ ਮੈਨੂੰ ਗਾਣਾ ਗਾ ਰਹੀ ਸੀ। ਉਹ ਸਾਰਾ ਦਿਖਿਆ ਦੇਖਿਆ ਬਹੁਤ ਬੜੀ ਵਾਇਰਲ ਹੋਈ ਉਹ ਵੀਡੀਓ, ਤੇ ਬਾਈ ਸ਼ਰਮਾ ਰਹੇ ਸੀ। ਸਿੱਧੂ ਮੂਸੇਵਾਲਾ ਬਾਈ ਸ਼ਰਮੀਲਾ ਹੈ ਨਾ? ਹਾਂਜੀ। ਅੱਛਾ, ਮੈਨੂੰ ਇੱਕ ਗੱਲ ਦੱਸੋ, ਕਿਹੜਾ ਗਾਣਾ ਐਸਾ ਸੀ ਜਿਸ ਗਾਣੇ ਤੋਂ ਬਾਅਦ ਸੱਚੀ ਤੁਹਾਨੂੰ ਇੰਟਰਨਲੀ ਫੀਲ ਹੋਇਆ ਸੀ ਕਿ ਹੁਣ ਬਣ ਗਏ ਸਟਾਰ? ਸਟਾਰ ਨਹੀਂ ਕਹਿ ਸਕਦੇ, ਮੈਂ ਇਹੀ ਕਹਿੰਦੀ ਕਿ ਰੰਗ ਭਾਗ ਹੋਣ ਲੱਗ ਗਏ ਹੁਣ, ਧੱਕੇ ਤੋਂ ਬਾਅਦ ਜ਼ਿਆਦਾ, ਬਹੁਤ ਜ਼ਿਆਦਾ ਨਹੀਂ। ਧੱਕੇ ਨੇ ਹੁਣ ਤੱਕ ਲੱਖਾਂ ਲਾਈਕਸ ਅਤੇ ਕਰੋੜਾਂ ਵਿਊਜ਼ ਦੇ ਰਿਕਾਰਡ ਤਾਂ ਤੁਸੀਂ ਦੇਖ ਹੀ ਚੁੱਕੇ ਹੋ, ਪਰ ਹੁਣ ਸਿੱਧੂ ਮੂਸੇਵਾਲੇ ਨੇ ਇੱਕ ਨਵਾਂ ਰਿਕਾਰਡ ਵੀ ਆਪਣੇ ਨਾਮ ਕਰ ਲਿਆ, ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਮਾਤਾ ਜੀ ਦੇ ਨਾਲ ਇੱਕ ਸਪੈਸ਼ਲ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਜਿਸ 'ਤੇ ਕਿ ਕੁਝ ਹੀ ਦਿਨਾਂ ਦੇ ਵਿੱਚ 998,365 ਲਾਈਕਸ ਆਏ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਖਾਸ ਗੱਲ ਹੈ। ਅਤੇ ਇਹ ਵੀ ਹੋ ਸਕਦਾ ਜਦੋਂ ਤੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਇਸ ਫੋਟੋ 'ਤੇ 1 ਮਿਲੀਅਨ ਲਾਈਕਸ ਦਾ ਅੰਕੜਾ ਵੀ ਪਾਰ ਹੋ ਚੁੱਕਿਆ ਹੋਵੇ। ਕਿਉਂਕਿ ਦੋਸਤੋ, ਸਿੱਧੂ ਮੂਸੇਵਾਲੇ ਵੱਲੋਂ ਜੋ ਆਪਣੇ ਗਾਣਿਆਂ ਦੇ ਅਪਡੇਟਸ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾਂਦੇ ਨੇ, ਉਹਨਾਂ 'ਤੇ ਤਾਂ ਵੱਡੇ ਰਿਕਾਰਡ ਬਣਦੇ ਵੀ ਆਏ ਨੇ, ਜੋ ਕਿ ਆਪਾਂ ਪਿਛਲੇ ਸਮੇਂ ਵੀ ਦੇਖਿਆ ਸੀ ਜਦੋਂ ਸਿੱਧੂ ਮੂਸੇਵਾਲੇ ਨੇ ਆਪਣੇ ਪਾਪੀ ਸੌਂਗ ਦਾ ਪੋਸਟਰ ਸ਼ੇਅਰ ਕਰਨ ਲੱਗੇ ਆਪਣੇ ਫੈਨਸ ਦੇ ਅੱਗੇ ਸ਼ਰਤ ਰੱਖੀ ਸੀ ਕਿ ਤੁਸੀਂ ਇਸ ਪੋਸਟ 'ਤੇ 1 ਲੱਖ ਕਮੈਂਟ ਕਰੋ ਅਤੇ ਮੈਂ ਆਪਣੇ ਨਵੇਂ ਗਾਣੇ ਦਾ ਪੋਸਟਰ ਸ਼ੇਅਰ ਕਰਦਾ। ਉਦੋਂ ਇਹ ਰਿਕਾਰਡ ਸਿਰਫ 14 ਮਿੰਟ ਦੇ ਵਿੱਚ ਹੀ ਟੁੱਟ ਗਿਆ ਸੀ। ਸੋ ਦੋਸਤੋ, ਤੁਹਾਨੂੰ ਸਿੱਧੂ ਮੂਸੇਵਾਲੇ 'ਤੇ ਅਤੇ ਉਹਨਾਂ ਦੇ ਮਾਤਾ ਜੀ ਦੀ ਜੋ ਫੋਟੋ ਸ਼ੇਅਰ ਕੀਤੀ ਗਈ ਹੈ ਕਿਵੇਂ ਲੱਗੀ ਕਮੈਂਟਾਂ 'ਚ ਜ਼ਰੂਰ ਦੱਸਣਾ, ਅਤੇ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਅਗਲੇ ਅਪਡੇਟ ਵੱਲ। ਦੋਸਤੋ, ਸਿੱਧੂ ਮੂਸੇਵਾਲੇ ਦਾ ਰਿਲੀਜ਼ ਹੋਇਆ ਗਾਣਾ ਸੰਜੂ, ਜਿਸ 'ਤੇ ਕਿ ਹੁਣ ਤੱਕ 15 ਮਿਲੀਅਨ ਵਿਊਜ਼ ਪੂਰੇ ਹੋ ਚੁੱਕੇ ਨੇ, ਜੋ ਕਿ ਇੱਕ ਆਡੀਓ ਵਰਜਨ ਗਾਣਾ ਹੈ, ਅਤੇ ਇਸ 'ਤੇ ਇੰਨੇ ਜ਼ਿਆਦਾ ਵਿਊਜ਼ ਹੋਣੇ ਉਹ ਵੀ ਬਿਨਾਂ ਕਿਸੇ ਪਹਿਲਾਂ ਤੋਂ ਦਿੱਤੀ ਗਈ ਇਨਫੋਰਮੇਸ਼ਨ ਦੇ ਰਿਲੀਜ਼ ਕੀਤੇ ਗਏ ਗਾਣੇ 'ਤੇ, ਬਹੁਤ ਵੱਡੀ ਗੱਲ ਹੈ। ਨਾਲ ਹੀ ਇਸ ਗਾਣੇ 'ਤੇ 8,97,000 ਲਾਈਕਸ ਅਤੇ 96,000 ਕਮੈਂਟ ਵੀ ਆ ਚੁੱਕੇ ਨੇ, ਅਤੇ ਇਹ ਗਾਣਾ ਜੋ ਕਿ ਇੱਕ ਆਡੀਓ ਵਰਜਨ ਹੈ ਲਗਾਤਾਰ 13 ਦੇਸ਼ਾਂ ਦੇ ਵਿੱਚ ਯੂਟਿਊਬ ਦੀ ਟ੍ਰੈਂਡਿੰਗ ਲਿਸਟ ਦੇ ਵਿੱਚ ਸ਼ਾਮਿਲ ਹੈ। ਸੋ ਦੋਸਤੋ, ਤੁਹਾਨੂੰ ਸੰਜੂ ਗਾਣਾ ਕਿਵੇਂ ਲੱਗਿਆ ਅਤੇ ਕਿਹੜੇ ਕਿਹੜੇ ਦੋਸਤਾਂ ਨੂੰ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਸੰਜੂ ਗਾਣੇ ਦੀ ਫੁੱਲ ਆਫੀਸ਼ੀਅਲ ਵੀਡੀਓ ਦਾ ਇੰਤਜ਼ਾਰ ਹੈ? ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਦੇ ਕੇ ਜਾਣਾ। ਅਤੇ ਇਸ ਅਪਡੇਟ ਦੇ ਲਈ ਅਸੀਂ ਇੱਥੇ ਥੈਂਕਸ ਕਰਦੇ ਹਾਂ ਮਨਮੀਤ ਸਿੰਘ ਅਤੇ ਸਿੱਧੂ ਮੂਸੇਵਾਲਾ ਫੈਨ ਪੇਜ ਦੇ, ਜਿਨ੍ਹਾਂ ਨੇ ਸਾਨੂੰ ਇਹ ਅਪਡੇਟ ਭੇਜੀ ਅਤੇ ਵੀਡੀਓ ਬਣਾਉਣ ਦੇ ਵਿੱਚ ਸਾਡੀ ਮਦਦ ਕੀਤੀ। ਜੇਕਰ ਤੁਹਾਡੇ ਕੋਲ ਵੀ ਕੋਈ ਅਪਡੇਟ ਹੈ ਤਾਂ ਤੁਸੀਂ ਸਾਡੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰਕੇ ਸਾਨੂੰ ਨਿਊਜ਼ ਭੇਜ ਸਕਦੇ ਹੋ, ਤੁਹਾਡਾ ਨਾਮ ਵੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਜਾਵੇਗਾ। ਸੋ ਦੋਸਤੋ, ਇਸ ਅਪਡੇਟ ਵਿੱਚ ਤਾਂ ਇੰਨਾ ਹੀ, ਮਿਲਦੇ ਹਾਂ ਜਲਦ ਹੋਰ ਤਾਜ਼ੀਆਂ ਖਬਰਾਂ ਦੇ ਨਾਲ। ਉਹਨੇ ਸਮੇਂ ਤੱਕ ਲਈ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।